सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। इस पावन स्थान ते अवतार धारिया, अवतार धारण तो बाद सतगुरु जी महाराज जी जदो पंजाब नू जान लगे, नगर निवासी संगता नू पता लग्या, बेनती कीती सतगुरु जी महाराज जी आप जी पंजाब नू जा रहे हो, साडा नियम बन चुकिया है आप जी दा दर्शन करके ही असी आन जल छकदे हाँ, किरपा करो सानू इत्थे ही सदा लई दर्शन दीदार बख्शो। सतगुरु जी महाराज जी संगता नू तीरथ दिंदियां होया फुरमाया, केसी बाल वस्ताए पंगूरा साहिब ते विराजमान हो रहा हां, अते अपने सारे गात्रे दा शस्त्र छड़ के जा रहा हां। जो श्रद्धा भावना दे नाल साडे शस्त्रां दे दर्शन करेगा, उन्हां नू साडे दर्शना दे प्रत्यक्ष फल प्राप्त होवेगा। आखो धन श्री गुरु गोबिंद सिंह जी महाराज, फिर आखो धन श्री गुरु गोबिंद सिंह जी महाराज, एहन बाल वस्ता दे शस्त्र आओ आप दर्शन करिए। बोले सो सतगुरु जी गात्रे तारन करिया कर दे सन, ए है दो चक्कर दुमाले उते दस्तार उते सजाया कर दे सन, ए है चक्री दुमाले दे हेठां केसा दे जूरे विच सजाया कर दे सन, ए है खंडा दुमाले उते दस्तार उते सामने सजाया कर दे सन, ए है चंदन दा कंगा एदे नाल सतगुरु जी के साफ करिया कर दे सन, ए है खंजर एदा दूजा नाम बाग नखी है, सतगुरु जी कमर कसे विच सजाया कर दे सन, ए है कटार सतगुरु जी दा कमर कसे दा शस्त्र है, ए है मिट्टी दा गुलेला एदे नाल सतगुरु जी बाल वस्ता भी चोज करिया कर दे सन, सामने माता जी दा खूह है नगर निवासी बीबिया उस खूह तो जल भर के अपने घरानू वापस जांदियां, सतगुरु जी महाराज जी गुलेले मार के उना दे घरे तोड़ देंदे हन। बीबिया ने माता जी को जाके बेनती कीती, माता जी असी गरीब परिवार हाँ, लाल जी साडे गुलेले मार के घरा तोड़ देंदे हन। माता जी कहन लगे,
ਤੁਸੀਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ। ਬੀਬੀਆਂ ਲੋਹੇ ਤਾਂਬੇ ਪਿੱਤਲ ਦੇ ਘੜਾ ਲਿਆਉਣ ਲੱਗੀਆਂ। ਸਤਿਗੁਰੂ ਜੀ ਮਹਾਰਾਜ ਜੀ ਲੋਹੇ ਦੇ ਚਾਰ ਤੀਰਥ ਤਿਆਰ ਕਰ ਲਏ। ਕੁਛ ਸਮੇਂ ਬੀਤਣ ਦੇ ਬਾਅਦ ਇੱਕ ਬੀਬੀ ਜਲ ਭਰ ਕੇ ਜਾ ਰਹੀ ਸੀ। ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਬੀਬੀ ਬਹਿ ਕੇ ਰੋਣ ਲੱਗੀ। ਹਵੇਲੀ ਵਿੱਚ ਮਾਤਾ ਜੀ ਬਾਹਰ ਨਿਕਲੇ, ਵੇਖਿਆ ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸ ਰਹੇ ਹੋ। ਹਾਂ ਮਾਤਾ ਜੀ, ਅਸੀਂ ਕੋਈ ਹਾਸੀ ਮਖੌਲ ਨਹੀਂ ਕੀਤਾ, ਅਸੀਂ ਤਾਂ ਭਲਾ ਹੀ ਕੀਤਾ ਹੈ। ਇਹਦੇ ਘੜੇ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਗਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕਿਹੀ ਤੀਰ ਦੇ ਨੁਖੀ ਨਾਲ ਸੱਪ ਰਿਨਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਗਤਾਂ ਦੀਆਂ ਸਿਰ ਸ਼ਰਧਾ ਦੇ ਨਾਲ ਚੁੱਕ ਗਏ। ਮਾਤਾ ਜੀ ਨੇ ਬਚਨ ਕੀਤਾ, ਹੋਵੇ ਨਾ ਖੂਹ ਦਾ ਜਲ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਮੁਖੋਂ ਬਚਨ ਨਿਕਲਣ ਦੀ ਦੇਰ ਸੀ, ਖੂਹ ਦਾ ਜਲ ਖਾਰਾ ਹੋ ਗਿਆ। ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਅਸੀਂ ਇਸੀ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਦੇ ਸਨ, ਕਿਰਪਾ ਕਰੋ, ਬਚਨ ਕਰ ਦਿਓ, ਖੂਹ ਦਾ ਜਲ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ। ਹਾਂ ਤੁਸੀਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ ਕਿ ਦੂਰੋਂ ਨੇਰੋਂ ਸੰਗਤਾਂ ਇਸ ਪਾਵਨ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਫੇਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਖੂਹ ਦਾ ਜਲ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ। ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਖਰਾਉ ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਰਾਉਣ ਅਵਪ ਦਰਸ਼ਨ। ਬੋਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਉ ਚੰਦਨ ਦੇ ਬਣੇ ਹੋਏ ਹਨ। ਬੋਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖਰਾਉ ਹਾਥੀ ਦੰਦੀਆਂ ਬਣੀਆਂ ਹੋਈਆਂ ਹਨ। ਇਹ ਹੈ ਭਗਤ ਕਬੀਰ ਜੀ ਦੀ ਖੱਡੀ। ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਨਿਆ ਕਰਦੇ ਸਨ। ਕਾਂਸੀ ਵਿੱਚ ਇੱਕ ਮਾਤਾ ਜੀ ਕੁਲ ਸੀ, ਉਹਨਾਂ ਨੇ ਤਖਤ ਸਾਹਿਬ 'ਤੇ ਭੇਟ ਕਰ ਦਿੱਤੀ, ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਅੰਦਰੀ ਪਰਿਕਰਮਾ ਕਰੋਗੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 15 ਸਾਲ ਅਵਸਥਾ ਚੋਲਾ ਸਾਹਿਬ ਹੈ।
ਸੀਸੇ ਵਿੱਚ ਜੜਿਆ ਹੋਇਆ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ 6 ਗੁਰਦੁਆਰੇ ਹੋਰ ਹਨ। ਪਹਿਲਾ ਗੁਰਦੁਆਰਾ ਹੈ ਗਊ ਘਾਟ, ਦੂਜਾ ਗੁਰਦੁਆਰਾ ਹੈ ਕੰਗਣ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ, 6ਵਾਂ ਗੁਰਦੁਆਰਾ ਹੈ ਸੀਤਲ ਕੁੰਡ ਰਾਜਗੀਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੀ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਹੁਣ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ ਬਿਲਾਵਲ ਦੀ ਚੌਂਕੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सब जल है नानक ए हो जगत सब जल है जल ही ते सब को ए जल ही ते सब को ए गुर पर सादी को प्रसादि को बिरला बूझे गुरु प्रसादि को बिरला बूझे गुरु प्रसादि को बिरला बूझे को बिरला प्रसादि को बिरला बूझे गुर प्रसादि को बिरला बूझे बिरला बूझे गुर प्रसादि को बिरला मलार सीत मलार सीत राग है।
सुनाया। नमस्कार गुरुदेव को सतनाम जिन मंत्र सुनाया। नमस्कार गुरुदेव को सतनाम जिन मंत्र सुनाया। बौजल वेटों कड़के मुकत पदारत माहे तमाया। बौजल वेटों कड़के मुकत पदारत माहे तमाया। मुकत पदारत माहे तमाया। मुकत पदारत माहे तमाया। नमस्कार गुरुदेव को सतनाम जिन मंत्र सुनाय। नमस्कार गुरुदेव को सतनाम जिन मंत्र सुनाया। जन्म मरण भो कटिया संसारोग विजोग मिटाया। जन्म मरण भो कटिया संसारोग विजोग मिटाया। संसार एहो संसार है जन्म मरण बिच दुख सवाया। संसार एहो संसार है जन्म मरण बिच दुख सवाया। जन्म मरण बिच दुख सवाया। जन्म मरण बिच दुख सवाया। नमस्कार गुरुदेव सतनाम जिन मंत्र सुनाया। नमस्कार गुरुदेव को सतनाम जिन मंत्र सुनाया। सतना 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 नमस्कार गुरुदेव को सतनाम जिन मंत्र सुनाय। नमस्कार गुरुदेव को सतनाम जिन मंत्र सुनाय। जमदंड सरोना उतरे साकत दुर्जन जन्म गवाया। जमदंड सरोना उतरे साकत दुर्जन जन्म गवाया। चरण कहे गुरुदेव ते सत शब्द दे मुकत कराया। चरण गहे गुरुदेव दे सत शब्द दे मुकत कराया। पाए भगत गुर पुरब कर नाम दान इस नान दृढ़ाया। जे हबियो ते फल पाया। नमस्कार गुरुदेव को सतनाम जिन मंत्र सुनाया।
नमस्कार गुरुदेव को। सतनाम जिन मंत्र सुनाया मौजल वेटों कढ़ के मुक्त पदार्थ माहे समाया। मौजल वेटों कढ़ के मुक्त पदार्थ माहे समाया। मुखत पदारथ माहे समाया। नमस्कार गुरुदेव को। सतनाम जिंद मंत्र सुनाया सतनाम 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 नमस्कार गुरुदेव को। सतनाम जिन मंत्र सुनाया सतनाम जिन मंत्र सुनाया।